ਤਸਵੀਰਾਂ ਦੀਨਾਨਗਰ ਦੇ ਪਿੰਡ ਅਵਾਖਾ ਦੀਆਂ ਹਨ ਜਿੱਥੇ ਕਿ ਘਰ 'ਚ ਦਾਖਲ ਹੋਏ ਲੁਟੇਰਿਆਂ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਲੁਕਾਉਣ ਲਈ ਉਸ ਨੂੰ ਘਰ 'ਚ ਬਣੇ ਇੱਕ ਗਟਰ ਦੇ ਵਿੱਚ ਉਲਟਾ ਹੀ ਲਟਕਾ ਦਿੱਤਾ। ਇਸ ਬਾਰੇ ਜਦੋਂ ਗਵਾਂਢੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਗਟਰ 'ਚੋਂ ਬਾਹਰ ਕੱਢਿਆ। ਔਰਤ ਦੀ ਪਹਿਚਾਣ ਕਮਲਾ ਦੇਵੀ ਪਤਨੀ ਸੇਵਾ ਮੁਕਤ ਸੂਬੇਦਾਰ ਕਰਨ ਸਿੰਘ ਦੇ ਵਜੋਂ ਹੋਈ ਹੈ। ਔਰਤ ਦੇ ਗਵਾਂਢੀ ਪਵਨ ਕੁਮਾਰ ਦੇ ਮੁਤਾਬਕ ਜਦੋਂ ਉਸਨੇ ਪਿੰਡ ਦੇ ਹੀ ਰਹਿਣ ਵਾਲੇ ਵਿਅਕਤੀ ਨੂੰ ਘਰੋਂ ਨਿਕਲਦੇ ਦੇਖਿਆ ਤਾਂ ਉਸਨੇ ਉਸ ਤੋਂ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਮੋਟਰਸਾਈਕਲ ਤੇ ਭੱਜ ਗਿਆ। ਇਸ ਮਗਰੋਂ ਕਮਲਾ ਦੇਵੀ ਦੇ ਘਰ ਪਹੁੰਚਿਆ ਤਾਂ ਕਮਰੇ 'ਚ ਖੂਨ ਦੇ ਛਿੱਟੇ ਸਨ ਅਤੇ ਨੇੜੇ ਹੀ ਲੋਹੇ ਦੀ ਰਾਡ ਪਈ ਸੀ। ਇਸੇ ਦੌਰਾਨ ਉਸਨੇ ਹੋਰਾਂ ਨੂੰ ਵੀ ਸੱਦ ਲਿਆ ਤੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ। ਲੋਕਾਂ ਨੇ ਹਰ ਜਗ੍ਹਾ ਤਲਾਸ਼ ਕਰਨ ਤੋਂ ਬਾਅਦ ਜਦ ਵਿਹੜੇ ਦੇ ਵਿੱਚ ਗਟਰ ਦੇ ਢੱਕਣ ਨੂੰ ਚੁੱਕਿਆ ਤਾਂ ਕਮਲਾ ਦੇਵੀ ਦੀ ਲਾਸ਼ ਲਟਕ ਰਹੀ ਸੀ। ਔਰਤ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਤੁਹਾਨੂੰ ਦੱਸ ਦਈਏ ਕਿ ਔਰਤ ਦਾ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਤੇ ਦੂਸਰਾ ਪੁੱਤਰ ਚੰਡੀਗੜ੍ਹ ਵਿੱਚ FCI ਵਿੱਚ ਇੰਸਪੈਕਟਰ ਹੈ, ਜਦਕਿ ਬੇਟੀ ਰੇਨੂ ਪਠਾਨਕੋਟ ਰਹਿੰਦੀ ਹੈ। ਹਾਂਜੀ, ਮੈਂ ਜਦੋਂ ਇੱਥੇ ਪਹੁੰਚੀ ਹੈ ਤੇ ਅੱਗੇ ਉਹਨਾਂ ਦੀ ਡੈਡ ਬੋਡੀ ਪਈ ਸੀਗੀ ਔਰ ਉਹਦੇ ਸਰੀਰ ਪੂਰਾ ਖੂਨ ਨਾਲ ਲੱਥਪਿਟ ਸੀਗਾ। ਉਹਨਾਂ ਨੂੰ ਬੁਰੀ ਤਰ੍ਹਾਂ ਹਰਾਸ਼ ਕੀਤਾ ਗਿਆ। ਹਾਂਜੀ, ਮੇਰੀ ਮਾਤਾ ਜੀ ਹੈ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਮੈਨੂੰ ਫੋਨ ਗਿਆ, ਇੱਕ ਪੜੋਸੀਆ ਦੇ ਫੋਨ ਗਿਆ ਅਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਤੁਹਾਡੇ ਘਰ 'ਚ ਹੋਰ ਕੁਛ ਆਇਆ ਔਰ ਉਹਨਾਂ ਨੇ ਮਤਲਬ ਮਦਰ ਨੂੰ ਇੰਜਰਡ ਕੀਤਾ, ਬਟ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਬਿਲਕੁਲ ਜਾਨ ਤੋਂ ਹੀ ਮਾਰ ਦੇਣਾ। ਔਰ ਬਹੁਤ ਬੁਰਾ ਹੋਇਆ, ਬਹੁਤ ਜ਼ਿਆਦਾ ਬੁਰਾ ਹੋਇਆ, ਜਦਕਿ ਉਹ ਇੱਕ ਬਜ਼ੁਰਗ ਸੀਗੇ, ਉਹਨੇ ਕੁਛ ਨਹੀਂ ਕਰ ਸਕਦੇ ਬਜ਼ੁਰਗ। ਠੀਕ ਹੈ, ਐਟ ਦਿਸ ਟਾਈਮ ਤਾਂ ਇਕੱਲੇ ਸੀਗੇ। ਠੀਕ ਹੈ, ਨਹੀਂ ਤਾਂ ਐਸੇ ਜ਼ਿਆਦਾਤਰ ਚੰਡੀਗੜ੍ਹ ਰਹਿੰਦੇ ਮੇਰੇ ਬ੍ਰਦਰ ਕੋਲ ਰਹਿੰਦੇ, ਬਟ ਐਟ ਦਿਸ ਟਾਈਮ ਕਦੇ ਇਕੱਲੇ ਵੀ ਰਹਿ ਜਾ ਸਕਦਾ, ਐਸਾ ਤਾਂ ਕੋਈ ਉਹ ਨਹੀਂ ਹੈ। ਇਸ ਤਰ੍ਹਾਂ ਤਾਂ ਕੋਈ ਵੀ ਆ ਕੇ ਕਿਸੇ ਨੂੰ ਵੀ ਕਰ ਸਕਦਾ ਹਰਾਸ਼ ਹੈ। ਇਸ ਲਈ ਮੇਰੀ ਤਾਂ ਬਸ ਇਹ ਕਿ ਕੜੀ ਦੀ ਕੜੀ ਸਜ਼ਾ ਦਿੱਤੀ ਜਾਏ, ਉਸ ਇਨਸਾਨ ਨੂੰ ਛੱਡਿਆ ਨਾ ਜਾਏ। ਬਸ ਪਹਿਲੇ ਵੀ ਉਹਨਾਂ ਨੇ ਕੋਈ ਦੱਸਿਆ ਮਹੱਲੇ ਦੇ ਵਿੱਚ, ਪਹਿਲੇ ਵੀ ਉਹਨਾਂ ਨੂੰ ਕੋਈ ਇੰਸੀਡੈਂਟ ਹੋਇਆ, ਕੋਈ ਲੱਗਾ ਉਹਨਾਂ ਨੂੰ, ਇੱਥੇ ਕੋਈ ਚੋਰ ਚਾਰ ਪਹਿਲੇ ਵੀ ਆਇਆ? ਨਹੀਂ। ਮੇਰਾ ਨਾਮ ਰਣਜੀਤ ਸਿੰਘ ਹੈ ਅਤੇ ਸਾਡੇ ਘਰ ਦੇ ਲਾਗੇ ਰਹਿੰਦੀ ਸੀ ਆਂਟੀ ਜੀ, ਇਹਨਾਂ ਦਾ ਰਾਤ ਕਿਸੇ ਨੇ ਮਰਡਰ ਕਰਤਾ। ਇਹ ਸਰ ਕੋਈ 8 ਤੋਂ 9 ਵਜੇ ਦੇ ਵਿਚਕਾਰ ਦੀ ਗੱਲ ਹੈ। ਸਰ ਸਾਨੂੰ ਵੀ ਸਾਰੇ ਮੁਹੱਲੇ 'ਚ ਰੌਲਾ ਜਿਲ੍ਹੇ ਪਿਆ ਕਿ ਕੋਈ ਆਇਆ, ਕੋਈ ਦੌੜਿਆ ਇੱਧਰੋਂ ਸ਼ਖਸ ਦੌੜ ਕੇ ਗਿਆ, ਉਹਨੇ ਜਦੋਂ ਦੌੜ ਕੇ ਗਿਆ ਰੌਲਾ ਪਿਆ ਤਾਂ ਫਿਰ ਜਾ ਕੇ ਦੇਖਿਆ ਕੈਮਰੇ ਕੁਮਰਿਆਂ 'ਚ, ਪਤਾ ਲੱਗਿਆ ਕਿ ਵਾਕਈ ਕੋਈ ਦੌੜ ਕੇ ਗਿਆ। ਫਿਰ ਉਸ ਆਧਾਰ 'ਤੇ ਫਿਰ ਦੇਖਿਆ ਜਾ ਕੇ ਘਰ 'ਤੇ, ਤਲਾਸ਼ ਤਲੂਸ਼ ਕੀਤੀ ਨਹੀਂ ਤਾਂ ਕਿ ਫਿਰ ਗਟਰ ਖੋਲ੍ਹ ਕੇ ਦੇਖਿਆ ਤਾਂ ਗਟਰ ਦੇ ਵਿੱਚ ਪਏ ਹੋਏ ਸੀ। ਸਰ ਘਰ ਦੇ ਕੀ ਹਾਲਾਤ ਸੀ ਜਿਸ ਵੇਲੇ ਤੁਸੀਂ ਐਂਟਰ ਹੋਏ? ਘਰ ਦੇ ਬਹੁਤ ਮਾੜੇ ਹਾਲਾਤ ਸੀ ਸਰ। ਦੀਨਾਨਗਰ ਤੋਂ ਡਾਕਟਰ ਰਮੇਸ਼ ਦੀ ਰਿਪੋਰਟ, ਪੰਜਾਬ ਟੂਡੇ।